ਆਪਦੀ ਫਸਲ ਆਪੀ ਪਾਲ ਪਲੋਸ ਕੇ ਤੇ ਆਪਦੇ ਹੱਥੀਂ ਵਾਹਣੀ ਜਿਹੋ ਜਿਹਾ ਪੁੱਤ ਦਾ ਕਤਲ ਕਰਤਾ ਉਹ ਜਾ ਕਰਤਾ ਪਰ ਮਜਬੂਰੀ ਆ ਕਰੇਗੀ ਇਹ ਬਾਪੂ ਦੇ ਹਾਲ ਦੇਖ ਲਓ ਇਹਦਾ ਦਿਲ ਪੁੱਛੇ ਲੋੜੀ ਦਾ ਹੋਊਗਾ 45,000 ਨੂੰ ਵਾਹਣ ਠੇਕੇ 'ਤੇ ਲਿਆ ਸੀ ਸਾਰਾ ਜਿਹਾ ਸਾਰਾ ਖਰਚਾ ਹੋ ਗਿਆ ਸੀ ਅਤੇ ਹੁਣ ਪਿੱਛੇ ਪਿੱਛੇ ਤੁਰਿਆ ਐਂ ਫਿਰਦਾ ਵੀ ਕੀ ਆ ਕਿਤੇ ਸਾਹ ਚੱਲਦੇ ਹੁਣ ਜਿਵੇਂ ਆਪਾਂ ਬੰਦੇ ਨੂੰ ਨਹੀਂ ਦੇਖਦੇ ਹੁੰਦੇ ਨਬਜ਼ ਫੜ ਕੇ ਵੀ ਕੀ ਆ ਕਿਤੇ ਸਾਹ ਚੱਲਦੇ ਹੁਣ ਯਾਰ ਹੈ ਨਾ ਕੋਈ ਹੱਲ ਕਰ ਲਈਏ ਫਿਰ ਵੀ ਬਸ ਨਬਜ਼ ਫੜਨ ਵਾਲਾ ਕੰਮ ਹੀ ਹੈ ਬੂਟੇ ਨੂੰ ਚੱਕ ਲੈਂਦਾ ਦੇਖ ਲੈਂਦਾ ਅਤੇ ਕੋਈ ਵਾਹ ਨਹੀਂ ਚੱਲਦੀ ਕਿਸੇ ਪਾਸੇ ਦੀ ਤਾਂ ਕਰਕੇ ਵੀਰੋ ਰੌਲਾ ਪਾਉਂਦੇ ਹਾਂ ਯਾਰ ਵੀ ਹੋ ਇਕੱਠੇ ਹੋ ਇਕੱਠੇ ਅਤੇ ਹਾਲਾਤ ਤੁਸੀਂ ਦੇਖ ਲਓ ਇਹਨਾਂ ਕੋਲ ਕੋਈ ਮਹਿੰਗਾ ਟਰੈਕਟਰ ਨਹੀਂ ਹੈਗਾ ਮੇਰੇ ਜੀ ਕੋਲ ਜੀ 7 ਕਿੱਲੇ ਜ਼ਮੀਨ ਠੇਕੇ 'ਤੇ ਹੈ ਜੀ ਆਪਣੀ ਆਪਦੀ ਇੱਕ ਮਰਲਾ ਵੀ ਹੈ ਨਹੀਂ ਜੀ ਕੀ ਰੇਟ ਲਈ ਸੀ ਰੇਟ 50,000 ਕਿੱਲੇ ਨੂੰ ਲਈ ਸੀਗੀ ਜੀ ਉੱਤੇ ਕਿੰਨਾ ਖਰਚਾ ਆ ਗਿਆ ਉੱਤੇ ਉਹਦੇ 20-25,000 ਕਿੱਲੇ ਦਾ ਡੀਜ਼ਲ ਤੋਂ ਲੈ ਕੇ ਜੀ ਹੁਣ ਤੱਕ 20-25,000 ਕਿੱਲੇ ਦਾ ਖਰਚਾ ਆ ਗਿਆ ਜੀ ਅਤੇ ਕਿਸ ਤਰ੍ਹਾਂ ਦੇਖਦੇ ਹੋ ਵੀ ਕਿੰਨੀ ਕੁ ਫਸਲ ਹੋ ਹੁਣ ਤਾਂ ਜੀ ਦੇਖਣ ਦੇ ਵਿੱਚ ਤਾਂ ਜੀ ਪਹਿਲਾਂ ਐਂ ਮਨ ਖੁਸ਼ ਹੁੰਦਾ ਸੀ ਦੇਖ ਦੇਖ ਕੇ ਫਸਲ ਬੰਨੀ ਵੀ ਐਡੇ ਸੋਹਣੇ ਟੀਂਡੇ ਲੱਗੇ ਗੱਲ ਛੱਡ ਦਿਓ ਪਰ ਜਦੋਂ ਹੁਣ ਵਿੱਚੋਂ ਪਾੜ ਦੇਖੀ ਜਾਂਦੇ ਆ ਜੀ ਸਾਰੇ ਇਸ ਲੋੜ 'ਤੇ ਗਲੇ ਨਿਕਲਦੇ ਜੀ ਬਿਲਕੁਲ ਖਿੜ ਨਹੀਂ ਰਹੀ ਫਸਲ ਜਮਾਂ ਬਹੁਤ ਵੱਡਾ ਨੁਕਸਾਨ ਹੈ ਜੀ ਸਾਰੇ ਦਾ ਸਾਰਾ ਠਿੱਕਦੇ ਸਾਨੂੰ ਤਾਂ ਸਾਰੇ ਦਾ ਸਾਰੇ ਹੀ ਲੱਗਦਾ ਜੀ ਹਜੇ ਤੱਕ ਜੋ ਚੁੱਕੇ ਨਹੀਂ ਦੇਖਿਆ ਜੀ ਅੱਜ ਮੁੱਖ ਮੰਤਰੀ ਜੀ ਆਏ ਸੀਗੇ ਤੁਹਾਡੇ ਖੇਤ 'ਚ ਅੱਜ ਆਏ ਸੀਗੇ ਜੀ ਇੱਥੇ ਮੁਲਾਜ਼ਮ ਵੱਧ ਸੀਗੇ ਜੀ ਮੂਹਰੇ ਅਸੀਂ ਥੋੜ੍ਹੇ ਪਿੱਛੇ ਹੀ ਰਹੇ ਹਾਂ ਜੀ ਥੋੜ੍ਹੇ ਮੂਹਰੇ ਨਹੀਂ ਹੋਏ ਜੀ ਵੀਰੇ ਮੈਂ ਆਖੀਏ ਉਮੀਦ ਤਾਂ ਜੀ ਆਹੀ ਹੈ ਜੀ ਵੀ ਅੱਜ ਤੱਕ ਇਹੋ ਜਿਹਾ ਤਾਂ ਕਦੇ ਵੀ ਨਹੀਂ ਦੇਖਿਆ ਜੀ ਮੇਰੀ ਵੀ 45 ਸਾਲ ਤੋਂ ਉੱਪਰ ਹੋ ਗਈ ਉਮਰ ਵੀ ਕਿਤੇ ਮੁੱਖ ਮੰਤਰੀ ਸਾਹਿਬ ਜ਼ਮੀਨ ਦੇ ਵਿੱਚ ਵੜ ਕੇ ਦੇਖ ਲੈਣ ਅਤੇ ਸਾਨੂੰ ਪੂਰੀ ਆਸ ਹੈਗੀ ਵੀ ਸਾਡਾ ਜੋ ਦੇਖਿਆ ਵੀ ਸਾਨੂੰ ਕੁਛ ਨਾ ਕੁਛ ਮੁਆਵਜ਼ਾ ਦੇਣਗੇ ਬਾਕੀ ਜੀ ਉਹਨਾਂ ਦੀ ਮਰਜ਼ੀ ਹੈ ਜੀ ਉਹਨਾਂ ਨੇ ਕਿਹਾ ਕਿ ਜਿਹੜਾ ਮੁਆਵਜ਼ਾ ਆਊਗਾ ਉਹ ਸਿੱਧਾ ਕਿਸਾਨਾਂ ਦੇ ਖਾਤੇ 'ਚ ਹਾਂਜੀ ਹੁਣ ਜਿਵੇਂ ਹੁਣ ਜੀ ਆਪਣੇ ਮੇਰੇ ਕੋਲ ਜੀ ਆਪਣੇ ਕੋਲ ਆਪਦੀ ਜ਼ਮੀਨ 'ਤੇ ਇੱਕ ਮਰਲਾ ਵੀ ਹੈ ਜੀ ਸਾਰੀ ਠੇਕੇ 'ਤੇ ਹੈ ਜੀ ਜੇ ਮੇਰੇ ਖਾਤੇ 'ਚ ਆਵੇ ਜੀ ਜਾਂ ਹੁਣ ਮੂਹਰੇ ਕੋਈ ਫਸਲ ਜੇ ਜਿਹੜੇ ਪੈਸੇ ਜੇ ਜਲਦੀ ਆਉਣ ਜੀ ਮੂਹਰੇ ਕਣਕ ਦਾ ਬੀਜ ਲਾਂਗੇ ਜੀ ਫਸਲ ਦੇ ਪੈਸੇ ਤਾਂ ਹੁਣ ਆਉਣੇ ਨਹੀਂ ਹੈਗੇ ਜੀ ਸਿੱਧੂ ਸਾਹਿਬ ਸੈਣੇਵਾਲ ਸਾਹਿਬ ਆਉਂਦੀਆਂ ਗੱਡੀਆਂ ਚਲਾਓ ਸਾਰੇ ਬਜ਼ੁਰਗਾਂ ਕੋਲ ਜਿੱਥੇ ਵੀ ਤੁਸੀਂ ਜਾਓ ਜਿਹੜੇ ਮਰਜ਼ੀ ਟਿੰਡੇ ਨੂੰ ਪੱਟ ਲਓ ਆਹ ਹਾਲਤ ਹੈ ਬਹੁਤ ਲੱਖਾਂ ਕਰੋੜਾਂ ਰੁਪਏ ਕਿਸਾਨਾਂ ਦਾ ਨੁਕਸਾਨ ਹੋ ਗਿਆ ਪੰਜਾਬ ਸਰਕਾਰ ਨੂੰ ਬੇਨਤੀ ਹੈ ਸਾਰਾ ਮਾਲਵਾ ਬੈਲਟ ਦੇ ਕਿਸਾਨ ਦਾ ਬਹੁਤ ਵੱਡਾ ਬੋਝ ਪੈ ਗਿਆ ਉਹਨਾਂ ਤੇ ਘੱਟ ਤੋਂ ਘੱਟ 50,000 ਰੁਪਇਆ ਕਿੱਲਾ ਇਹਨਾਂ ਨੂੰ ਕੰਪਨਸੇਸ਼ਨ ਚਾਹੀਦੀ ਹੈ ਨਾਲੇ ਖੇਤ ਮਜ਼ਦੂਰ ਜਿਨ੍ਹਾਂ ਨੇ ਚੁਗਣਾ ਸੀ ਉਹਨਾਂ ਨੂੰ ਵੀ ਨਹੀਂ ਤਾਂ ਅਗਲੀ ਫਸਲ ਹੀ ਬੀਜੀ ਜਾਣੀ ਵਿਚਾਰਿਆਂ ਤੋਂ ਜਿਹੜਾ ਮੁਆਵਜ਼ਾ ਆਏਗਾ ਉਹ ਕਿਸਾਨ ਨੂੰ ਜਾਏਗਾ ਸਿੱਧਾ ਵਿੱਚ ਵਿਚਾਲੇ ਕੁਛ ਨਹੀਂ ਹੋਣਾ ਇਹ ਕੋਈ ਪੁਰਾਣੀਆਂ ਸਰਕਾਰਾਂ ਨਹੀਂ ਹੈ ਇਹ ਇੱਕ ਆਮ ਆਦਮੀ ਲੋਕਾਂ ਦੀ ਸਰਕਾਰ